ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਤੰਦਰੁਸਤ ਪੰਜਾਬ ਅਤੇ ਘਰ ਘਰ ਹਰਿਆਲੀ ਦੇ ਮਕਸਦ ਨਾਲ ਰਾਜਪੁਰਾ ਦੇ ਸਰਕਾਰੀ ਰੈਸਟ ਹਾਊਸ ਵਿਖੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹਿਰ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਵੀ ਮੌਜੂਦ ਰਹੀ ਅਤੇ ਵਿਧਾਇਕ ਕੰਬੋਜ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਾਂਗਰਸੀ ਵਰਕਰਾਂ ਨੂੰ ਬੂਟੇ ਵੰਡੇ ਗਏ ਅਤੇ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕੀਤੇ। ਸਾਧੂ ਸਿੰਘ ਧਰਮਸੋਤ ਨੇ ਗੱਲ ਕਰਦਿਆਂ ਕਿਹਾ ਕਿ ਇੱਕ ਰੁੱਖ 100 ਰੁੱਖ ਵਾਲੀ ਕਹਾਵਤ ਵਿੱਚ ਪੂਰਾ ਦਮ ਹੈ। ਹੁਣ ਪੰਜਾਬ ਨਿਵਾਸੀਆਂ ਨੂੰ ਵੀ ਪਤਾ ਲੱਗ ਗਿਆ ਕਿ ਰੁੱਖ ਦਾ ਮਨੁੱਖ ਦੇ ਜੀਵਨ ਵਿੱਚ ਕੀ ਮਹੱਤਵ ਹੈ। ਇਸ ਮੌਕੇ ਧਰਮਸੋਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਹਰਿਆਲੀ ਪਹੁੰਚਾਉਣ ਦੇ ਮਕਸਦ ਦੇ ਨਾਲ ਇੱਕ ਮੋਬਾਈਲ ਐਪ ਵੀ ਜਾਰੀ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਜੋ ਘਰ ਘਰ ਹਰਿਆਲੀ ਆਈ ਐਪ ਚਾਲੂ ਕੀਤਾ ਮੁੱਖ ਮੰਤਰੀ ਜੀ ਨੇ, ਉਸ ਅਨੁਸਾਰ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ ਪੰਜਾਬ ਦੀ ਅਤੀ ਲੋੜ ਹੈ। ਜਿਹੜੇ ਜੰਗਲਾਤ ਘਟੇ ਨੇ, ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਬੂਟਿਆਂ ਦਾ ਰੁੱਖਾਂ ਦਾ ਕੀ ਕੀਮਤ ਹੈ। ਇੱਕ ਰੁੱਖ 100 ਸੁੱਖ ਸਿਆਣੇ ਕਹਿੰਦੇ, ਔਰ ਉਸ ਨੂੰ ਬੜਾਵਾ ਦੇਣ ਵਾਸਤੇ ਮੁੱਖ ਮੰਤਰੀ ਜੀ ਆਪ ਆਸ਼ੀਰਵਾਦ ਦਿੱਤਾ। ਉਸੇ ਪ੍ਰੋਗਰਾਮ ਅਧੀਨ ਅੱਜ ਘਰ ਘਰ ਹਰਿਆਲੀ ਦੇ ਕੰਬੋਜ ਸਾਹਿਬ ਨੇ ਰਾਜਪੁਰੇ ਵਿਖੇ ਬੁਲਾਇਆ, ਔਰ ਅੱਜ ਬੂਟੇ ਵੀ ਇੱਥੇ ਵੰਡੇ ਗਏ ਨੇ, ਅੱਜ ਬੂਟੇ ਅਸੀਂ ਆਪ ਵੀ ਲਾਏ ਨੇ। ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਜਿਵੇਂ ਆਪਾਂ ਬੱਚਿਆਂ ਨੂੰ ਪਾਲਦੇ ਹਾਂ, ਇਸ ਤਰੀਕੇ ਨਾਲ ਇਹਨਾਂ ਬੂਟਿਆਂ ਨੂੰ ਵੀ ਪਾਲਣਾ ਜ਼ਰੂਰੀ ਹੈ। ਇਹ ਸਾਡਾ ਵਾਤਾਵਰਨ ਠੀਕ ਰੱਖਦੇ ਨੇ, ਆਕਸੀਜਨ ਸਾਨੂੰ ਮਿਲਦੀ ਹੈ, ਇਹਨਾਂ ਦੇ ਸੁੱਖ ਹੀ ਸੁੱਖ ਨੇ। ਜੰਮਦੇ ਤੋਂ ਲੈ ਕੇ ਮਰਦੇ ਤੱਕ ਬੂਟਾ ਸੁੱਕਾ ਹੋਵੇ ਫਿਰ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਆਉਂਦਾ। ਇਸ ਕਰਕੇ ਮੈਂ ਇਹ ਚਾਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ, ਇਹ ਪਹਿਲੀ ਵਾਰੀ ਹੋਇਆ ਪੂਰੇ ਦੇਸ਼ 'ਚ ਜਿਹੜਾ ਘਰ ਘਰ ਹਰਿਆਲੀ ਦਾ ਮੁੱਖ ਮੰਤਰੀ ਜੀ ਸਾਹਿਬ ਨੇ, ਕੈਪਟਨ ਸਾਹਿਬ ਨੇ ਇੱਕ ਚਾਲੂ ਕੀਤਾ, ਘਰ ਘਰ ਹਰਿਆਲੀ ਦਾ ਆਈਐਪ ਚਾਲੂ ਕੀਤਾ, ਔਰ 2 ਲੱਖ ਤੋਂ ਵੱਧ ਲੋਕ ਸਾਡੇ ਨਾਲ ਜੁੜ ਚੁੱਕੇ ਨੇ। ਔਰ ਮੈਨੂੰ ਲੱਗਦਾ ਕਿ ਜਿਵੇਂ ਲੋਕਾਂ ਦਾ ਉਤਸ਼ਾਹ, ਇਹਦੇ 'ਚ ਬੱਚੇ, ਬਜ਼ੁਰਗ, ਧਾਰਮਿਕ ਸ਼ਖਸੀਅਤਾਂ, ਸੁਸਾਇਟੀਆਂ, ਕਲੱਬ ਸਾਰੇ ਬੜੇ ਸ਼ੌਕ ਨਾਲ, ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖੇ ਨੇ ਲੋਕ ਲੱਗੇ ਹੋਏ ਨੇ। ਔਰ ਮੈਨੂੰ ਲੱਗਦਾ ਕਿ ਪੰਜਾਬ ਇੱਕ ਦੇਸ਼ ਦਾ ਪਹਿਲਾ ਸੂਬਾ ਬਣੇਗਾ ਕਿ ਜਿੱਥੇ ਵੱਧ ਤੋਂ ਵੱਧ ਹਰਿਆਲੀ ਜਲਦੀ ਤੋਂ ਜਲਦੀ ਹੋਏਗੀ। ਮੈਂ ਸਮਝਦਾ, ਮੇਰੀ ਗੱਲ ਸੁਣੋ, ਆਪਾਂ ਇਸ ਗੱਲ ਨੂੰ ਨਾ ਪਈਏ ਬਿਨਾਂ ਸਬੂਤਾਂ ਤੋਂ। ਰਾਜਪੁਰਾ ਪਟਿਆਲਾ ਰੋਡ ਦੇ ਉੱਤੇ ਨਾ ਜਿਹੜੇ ਨਾਲੇ ਆ, ਜੰਗਲਾਤ ਵਿਭਾਗ ਨੇ ਨਗਰ ਕੌਂਸਲ ਨੂੰ ਚਿੱਠੀ ਲਿਖੀ ਹੈ ਵੀ ਇਹ ਜਿਹੜੀ ਜਗ੍ਹਾ ਹੈਗੀ ਇਹ ਜੰਗਲਾਤ ਵਿਭਾਗ ਦੀ ਆ, ਉੱਥੇ ਨਜਾਇਜ਼ ਕਬਜ਼ਾ ਹੋਇਆ ਵੀ ਖਾਲੀ ਕਰਾਇਆ ਜਾਵੇ। ਬਿਲਕੁਲ ਸਰ, ਤੁਸੀਂ ਕਹਿੰਦੇ ਹੋ ਜੰਗਲਾਤ ਵਿਭਾਗ ਦੇ ਨਾਲੇ ਹੈ ਹੀ ਨੀ, ਪੀਡਬਲਿਊਡੀ ਦੀ ਹੈ, ਇਹ ਪਹਿਲੇ ਕਲੀਅਰ ਕਰੋ ਸਰ। ਜੰਗਲਾਤ ਦੀ ਹੈਗੀ ਜਿੱਥੇ ਪੀਡਬਲਿਊਡੀ ਦੀ ਹੈ, ਉੱਥੇ ਪੀਡਬਲਿਊਡੀ ਦੀ ਹੈ, ਜਿੱਥੇ ਜੰਗਲਾਤ ਦੀ ਹੈ ਵੱਖਰੇ ਵੱਖਰੇ ਨੰਬਰ। ਹਾਂਜੀ, ਜਿੱਥੇ ਸਾਡੀ ਤੁਹਾਨੂੰ ਕਹਿ ਦਾ ਰਹੇ ਅਸੀਂ ਨਜਾਇਜ਼ ਕਬਜ਼ੇ ਦਿਨ ਰਾਤ ਛਡਾ ਰਹੇ ਮੁਹਿੰਮ ਚ ਨਹੀਂ, ਜਿੱਥੇ ਸਾਡੀ ਦੱਸ ਦੇਣਗੇ ਕੀ ਹੈ, ਜੋ ਬਣਦੀ ਕਾਰਵਾਈ ਕੀਤੀ ਜਾਏਗੀ। ਪਤਾ ਹੀ ਹੈ ਅੱਤਵਾਦ ਪਹਿਲਾਂ ਅਕਾਲੀਆਂ ਨੇ ਲਿਆਂਦਾ, ਕਾਂਗਰਸ ਨੇ ਮੁਕਾਇਆ, ਇਹ 10 ਸਾਲ ਚ ਗੈਂਗਸਟਰ ਅਕਾਲੀਆਂ ਨੇ ਲਿਆਂਦਾ, ਅਸੀਂ ਮੁਕਾ ਰਹੇ। ਸਰ, ਨਸ਼ੇ ਤੇ ਕਿੰਨਾ ਕੰਟਰੋਲ ਕਰ ਲਿਆ ਪੰਜਾਬ ਸਰਕਾਰ ਨੇ? 60% ਹਾਲੇ ਤੱਕ ਤਾਂ ਸਰ ਬਹੁਤ ਨਸ਼ਾ ਵਿਕ ਰਿਹਾ ਤੁਹਾਡੇ ਸਾਹਮਣੇ, ਜਿਹੜੇ ਕਈ ਮਰੀ ਜਾਂਦੇ ਆ, ਰੋਜ਼ਾਨਾ ਖਬਰਾਂ ਆ ਰਹੀਆਂ, ਫੜ ਰਹੇ ਆ ਨਾ, ਅੱਜ ਨਸ਼ਾ ਬੰਦ ਹੋਣ ਕਾਰਨ ਜਿਹੜੇ ਗਲਤ ਨਸ਼ੇ ਲੈ ਕੇ ਬੱਚੇ ਮਰ ਰਹੇ ਨੇ, ਉਹ ਨਸ਼ਾ ਦੀ ਜੋ ਸੀਐਮ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਗੁਟਕਾ ਸਾਹਿਬ ਦੀ 100 ਚੱਕੀ ਸੀ, ਉਹਨਾਂ ਨੇ ਆਪਣੀ ਪੂਰੀ ਕਰਤੀ, ਪੂਰੀ ਸਪਲਾਈ ਸਾਰੀ ਪਾਈਪ ਬੰਦ ਕੀਤੀ ਆ। ਇਸ ਕਰਕੇ ਜਿਹੜੇ ਨਕਲੀ ਨਸ਼ੇ ਨੇ, ਕੋਈ ਦਵਾਈਆਂ ਬੁਲਾ ਕੇ, ਕੋਈ ਟੀਕੇ ਬੁਲਾ ਕੇ, ਕੋਈ ਕੁਛ ਬੁਲਾ ਕੇ ਉਹ ਆਪਣਾ ਕਰ ਰਹੇ ਨੇ। ਪਰ ਸਰਕਾਰਾਂ ਨੂੰ, ਅਸੀਂ ਸਰਕਾਰ ਸੀਐਮ ਸਾਹਿਬ ਬੜੇ ਚਿੰਤਤ ਨੇ, ਡਾਕਟਰਾਂ ਨੂੰ, ਸਾਰੇ ਸਮਾਜ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਵੱਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਰਾਜਪੁਰਾ ਪੁੱਜਣ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਸੂਬੇ ਦੇ ਘਰ ਘਰ ਤੱਕ ਪਹੁੰਚਾਵਾਂਗੇ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।